ਉਹ ਦੂਜੀ ਡਾਈਟ ਲਈ ਜਾ ਰਹੇ ਹਾਂ ਉਹ ਸਾਰਾ ਕੁਝ ਜਿਹੜਾ ਪਲਾਂਟ ਦੇਈ ਜਾ ਰਹੇ ਹਾਂ ਉਹ ਨਾਲ ਬੰਦਾ ਮੋਟਾ ਤਾਂ ਜ਼ਰੂਰ ਹੋ ਸਕਦਾ ਸਟਰੋਂਗ ਨਹੀਂ ਹੋ ਸਕਦਾ ਫਿਰ ਜਿਮ ਜੋ ਜਾਂਦੇ ਆ ਲੋਕ ਜਿਮ ਟ੍ਰੇਨਿੰਗ ਫਿਰ ਸਪਲੀਮੈਂਟ ਕਿਉਂ ਪਾ ਲਦੇ ਆ ਵੈਜੀਟੇਰੀਅਨ ਜਿਹੜੇ ਆਲਟੀਮੇਟਲੀ ਡਿਪੈਂਡ ਤਾਂ ਉਹਨਾਂ ਤੇ ਹੀ ਰਹਿਣਾ ਪਊਗਾ ਇਹਨਾਂ ਨਾਲ ਜਾਂ ਫਿਰ ਉਹ ਨੌਨ ਵੇਜ ਲੈਣਗੇ ਕੋਈ ਵੀ ਜਿਹੜੇ ਲੜਾਈਆਂ ਲੜੀਆਂ ਗਈਆਂ ਜਿਹੜੇ ਯੋਧਾ ਹੋਏ ਆ ਉਹ ਕਿਸੇ ਨਸ਼ੇ ਦੇ ਨਾਲ ਨਹੀਂ ਹੋਏ ਨਸ਼ਾ ਖਾ ਕੇ ਨਹੀਂ ਲੜੇ ਉਥੇ ਉਹ ਖੁਰਾਕ ਨਾਲ ਲੜੇ ਔਰ ਉਥੇ ਨੌਨ ਵੇਜ ਆਮ ਸੀਗਾ ਰਾਈਟ ਦੇ ਵਿੱਚ ਕਿਉਂਕਿ ਤੁਸੀਂ ਲੜਨ ਵਾਲੀ ਫੋਰਸ ਹੋ ਤੁਸੀਂ ਬੱਕਰਾ ਛਟਕਾ ਸਕਦੇ ਤੁਸੀਂ ਖਾ ਸਕਦੇ ਹੋ ਤੁਸੀਂ ਮੀਟ ਖਾ ਸਕਦੇ ਹੋ ਰਾਜਪੂਤਾਨਾ ਦੇ ਵਿੱਚ ਅਕਸਰ ਜਿਹੜਾ ਮੀਟ ਖਾਨਦਾਰ ਆ ਉਥੇ ਬਲੀ ਚੜਦੀ ਰਹੀ ਹਿੰਦੂ ਧਰਮ ਦੇ ਵਿੱਚ ਬਲੀ ਚੜਦੀ ਰਹੀ ਹੈ ਛੋਟੇ ਦੀ ਬਲੀ ਚੜਦੀ ਰਹੀ ਹੈ ਤੇ ਛੋਟੇ ਬਲੀ ਚੜਾ ਕੇ ਉਹ ਸਿੱਟ ਥੋੜੀ ਆਉਂਦੇ ਸੀ ਖਾਂਦੇ ਸੀ ਜਿਨੇ ਐਥਲੀਟਸ ਨਿਕਲੇ ਜਿਨੇ ਸਪੋਰਟਸਮੈਨ ਨਿਕਲੇ ਜਿਹੜੇ ਸਟਰੋਂਗ ਐਥਲੀਟਸ ਨਿਕਲੇ ਸਟਰੋਂਗ ਆਫ ਸਪੋਰਟਸਮੈਨ ਨਿਕਲੇ ਉਹ ਫੋਰਨਰ ਇਸ ਕਿਉਂ ਹੋਏ ਉਹ ਇੰਡੀਅਨ ਬਹੁਤ ਕੱਟ ਹੋਏ ਇਕੱਤਰ ਦੀ ਸੁਧਾਰਨ ਲਾਇਕ ਬਏ ਨੇ ਦਾਰਾ ਸਿੰਘ ਤਾਂ ਰੋਜ਼ ਟੀਵੀ ਤੇ ਆ ਕੇ ਐਡ ਦੰਦ ਰਿਹਾ ਕੇ ਸੰਡੇ ਹੋ ਮੰਡੇ ਰੋਜ਼ ਖਾਓ ਅੰਡੇ ਫਾਸਟ ਬੋਲਰਸ ਨੇ ਇੰਡੀਆ ਦੇ ਜਿਹੜੇ ਪਹਿਲਾਂ ਹੋਏ ਉਹਨਾਂ ਦੇ ਕਿਸੇ ਦਾ ਮੋਢਾ ਹੱਲਾ ਹੀ ਰਹਿੰਦਾ ਸੀ ਮੋਢੇ ਦੀ ਸਰਜਰੀ ਹੋ ਗਈ ਉਹ ਹੋ ਗਿਆ ਚਾਰਕਵਾਲਾਂ ਸੜਦੇ ਸੀ ਮੋਢੇ ਦੀ ਸਰਜਰੀ ਹੋ ਗਈ ਤੇ ਉਹਦੀ ਉਹਦੀ ਜਿਹੜੇ ਜਿੰਨੇ ਫਾਸਟ ਬੋਲਰ ਫੋਰਨ ਦੇ ਹੋਏ ਅਦਰ ਕੰਟਰੀਜ਼ ਤੇ ਹੋਏ ਉਹਨਾਂ ਨਹੀਂ ਹੋਏ ਔਰ 170 70 ਤੱਕ ਦੀ ਸਪੀਡ ਕੱਢਦੇ ਰਹੇ ਆ ਆਮ ਆਨਵਾਸਤੀ ਗੱਲ ਤੁਸੀਂ ਦੇਖੋ ਕਿ ਬੱਚਾ ਢਿੱਡ ਦੇ ਵਿੱਚ ਪਲਦਾ ਜਦੋਂ ਉਹ ਫੈਟ ਹੈ ਛੋਟਲੀ ਬ੍ਰੇਨ ਸਾਡਾ 90% ਫੈਟ ਹੈ ਉਹਨੂੰ ਫੈਟ ਚਾਹੀਦੀ ਆ ਉਹ ਥੋੜੀ 슈ਗਰ ਨਾਲ ਨਹੀਂ ਚੱਲਦਾ ਇਹ ਗਲਤ ਕਿਸ ਨੇ ਕਹਿ ਕੇ ਬ੍ਰੇਨ ਨੂੰ 슈ਗਰ ਚਾਹੀਦੀ ਆ ਪੀਐਨਓ ਮੀਡੀਆ ਗਰੁੱਪ ਨਾਲ ਜੁੜੇ ਸਾਰੇ ਸੱਜਣਾ ਦਾ ਸਵਾਗਤ ਫਰੀਦਕੋਟ ਬਾਬੇ ਫਰੀਦ ਦੀ ਨਗਰੀ ਔਰ ਐਸੇ ਥਾਂ ਅੱਜ ਅਸੀਂ ਪਹੁੰਚੇ ਹੋਇਆ ਆ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲड्रन ਨਾਂ ਤੇ ਇੱਕ ਸੰਸਥਾ ਚੱਲਦੀ ਹੈ ਇਹ ਸੰਸਥਾ ਨੇ ਸਭ ਤੋਂ ਪਹਿਲਾਂ ਉਦੋਂ ਆਪ ਦਾ ਰੋਲ ਅਦਾ ਕੀਤਾ ਜਦੋਂ ਪਾਣੀ ਦੇ ਵਿੱਚ ਜੁਰੇਨੀਅਮ ਦਾ ਮੁੱਦਾ ਸਾਹਮਣੇ ਲਿਆ ਕੇ ਰੱਖਿਆ ਤੇ ਉਸੇ ਸੰਸਥਾ ਤੋਂ ਅੱਜ ਸਾਡੇ ਨਾਲ ਜੁੜੇ ਨੇ ਡਾਕਟਰ ਪਿਰਤਪਾਲ ਡਾਕਟਰ ਸਾਹਿਬ ਤੋਂ ਜਾਣਦੇ ਆਂ ਫੂਡ ਦੇ ਬਾਰੇ ਕਿਉਂਕਿ ਇਹ ਨਾਨ ਵੇਜ ਫੂਡ ਖਾਣ ਦੀ ਵਕਾਲਤ ਕਰਦੇ ਆ ਕਿ ਬੰਦਾ ਮਾਸਾਹਾਰੀ ਹੋਣਾ ਚਾਹੀਦਾ ਪਰ ਸਾਡੇ ਦੇਸ਼ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਕੁਝ ਕਥਿਉਰੀਆਂ ਚੱਲ ਰਹੀਆਂ ਕਿ ਸਾਕਾਹਾਰੀ ਭੋਜਨ ਸਾਰਿਆਂ ਤੋਂ ਵਧੀਆ ਹੈ ਇਹ ਮਾਸਾਹਾਰੀ ਨੂੰ ਕਿਉਂ ਵਧੀਆ ਕਹਿੰਦੇ ਨੇ ਇਹ ਜਾਣਦੇ ਆ ਡਾਕਟਰ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਗੱਲ ਕਰੀਏ ਭੋਜਨ ਦੀ ਤੇ ਭੋਜਨ ਕਿਹੜਾ ਕਿਹੜੇ ਵਿਅਕਤੀ ਵਾਸਤੇ ਲਾਹੇਵੰਦ ਹੈ ਕਿਹੜਾ ਖਾਣਾ ਚਾਹੀਦਾ ਹੈ ਬੰਦੇ ਨੂੰ ਵੈਜੀਟੇਰੀਅਨ ਰਹਿਣਾ ਚਾਹੀਦਾ ਜਾਂ ਨਾਣ ਵੈਜ ਵੀ ਖਾ ਲੈਣਾ ਚਾਹੀਦਾ ਸਖਨੇ ਜੀ ਜਦੋਂ ਮੈਂ ਕਿਸੇ ਮੈਡੀਕਲ ਪ੍ਰੋਫੈਸ਼ਨ 'ਚ ਬੈਠਾ ਹੁੰਨਾ ਤਾਂ ਕੋਈ ਵੀ ਡਾਕਟਰ ਜਦੋਂ ਮੈਡੀਕਲ ਪ੍ਰੋਫੈਸ਼ਨ 'ਚ ਬੈਠਾ ਹੈ ਉਹ ਜਦੋਂ ਕਿਸੇ ਨੂੰ ਆਪਣਾ ਡਾਈਟ ਜਾਂ ਭੋਜਨ ਦੀ ਲੜੀ ਕੋਈ ਉਹਨੂੰ ਰეკਮੈਂਡ ਕਰ ਰਿਹਾ ਹੁੰਦਾ ਤਾਂ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਆਪਣੀ ਆਸਤਾ ਜਿਹੜੀ ਹੈਗੀ ਆ ਉਹ ਉਹਦੇ ਚ ਵਿੱਚ ਉਹਨੂੰ ਥੋਪ ਰਿਹਾ ਹੁੰਦਾ ਹੈ ਮਰੀਜ਼ ਦੇ ਉੱਤੇ ਹਾਲਾਂਕਿ ਉਸਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਉਹਦਾ ਮਾਈਂਡ ਸੈਟ ਉਹਦਾ ਪਾਲਨ ਪੋਰਸ਼ਨ ਸਾਡਾ ਜੈਨੇਟਿਕਲੀ ਤੌਰ ਤੇ ਉਸ ਤਰ੍ਹਾਂ ਹੀ ਡਵੈਲਪ ਹੋਈ ਹੁੰਦੀ ਹੈ ਤਾਂ ਅਸੀਂ ਉਸੇ ਉਸੇ ਡਾਈਟ ਦੇਤੇ ਉਸੇ ਭੋਜਨ ਦੀ ਅਸੀਂ ਗੱਲ ਕਰ ਰਹੇ ਹੁਣ ਜੇ ਤੁਸੀਂ ਭੋਜਨ ਦੀ ਸਾਇੰਟਿਫਿਕਲੀ ਗੱਲ ਕਰਦੇ ਹੋ ਤੇ ਜਿਹੜਾ ਇਹ ਪੂਰੀ ਪ੍ਰਕਿਰਤੀ ਦੇ ਵਿੱਚ ਜਿਹੜੀ એનર્ਜੀ ਆ ਸੰਦ ਸੂਰਜ ਤੋਂ ਲਈ એનર્ਜੀ ਆ ਰਹੀ ਹੈ ਜਿਸ ਦੇ ਨਾਲ ਵਿਕਤੀ ਪੂਰੀ ਬ੍ਰਹਿਮੰਡ ਚੱਲ ਰਿਹਾ ਹੈ ਉਸ એનર્ਜੀ ਨੂੰ ਫਿਕਸ ਪਲਾਂਟਸ ਕਰਦੇ ਪਲਾਂਟਸ ਨੂੰ ਪਲਾਂਟਸ ਦੇ ਵਿੱਚ ਸੈਲੂਲੋਸ ਹੁੰਦਾ ਹੈ ਔਰ ਸੈਲੂਲੋਸ ਨੂੰ ਡਾਈਜੈਸਟ ਕਰਨ ਦੀ ਕਪੈਸਿਟੀ ਸਿਰਫ ਸਿਰਫ ਪਸ਼ੂਆਂ ਦੇ ਵਿੱਚ ਹੁੰਦੀ ਹੈ ਬਸੇ ਹੋਮਨ ਦੇ ਵਿੱਚ ਨਹੀਂ ਹੁੰਦੀ ਉਸ ਐਂਡ ਪਸ਼ੂਆਂ ਨੂੰ ਜਿਹ ਤੁਸੀਂ ਪਸ਼ੂ ਨੂੰ ਜਿਹੜਾ ਹੈ ਉਹ ਫਿਰ ਜਿਹੜੇ ਮਾਸਾਹਾਰੀ ਜਾਨਵਰ ਹੈ ਮਨੁੱਖ ਵੀ ਇੱਕ ਮਾਸਾਹਾਰੀ ਜਾਨਵਰ ਹੈ ਤੋ ਉਹ ਉਹ ਮਨੁੱਖ ਵੀ ਉਹ ਉਹ ਨੂੰ ਪਸ਼ੂਆਂ ਨੂੰ ਖਾ ਕੇ ਉਹ ਅੱਛੀ ਤਰ੍ਹਾਂ ਡਵੈਲਪ ਹੋ ਸਕਦਾ ਕਿਉਂਕਿ ਜਿਹੜਾ ਪਲਾਂਟ ਹੈ ਪਲਾਂਟ ਨੂੰ ਡਾਈਜੈਸਟ ਕਰਨ ਵਾਸਤੇ ਪਸ਼ੂਆਂ ਦੇ ਵਿੱਚ ਦੋ ਟਿੱਡ ਹੁੰਦੇ ਨੇ ਪਲਾਂਟ ਬੇਸ ਫੂਡ ਹੈ ਜਿਹੜਾ ਪਲਾਂਟ ਬੇਸ ਫੂਡ ਭਾਵ ਜਿਹੜਾ ਵੇਜੀਟੇਰੀਅਨ ਤੁਹਾਡਾ ਫੂਡ ਆ ਗਿਆ ਦੋ ਜਾਂ ਤਿੰਨ ਦੋ ਦੋ ਟਿੱਡ ਤੀਜਾ ਤਾਂ ਨਹੀਂ ਮੰਨਿਆ ਜਾਏਗਾ ਲੇਕਿਨ ਦੋ ਟਿੱਡ ਮੰਨੇ ਜਾਣਗੇ ਤੀਜੀ ਆਂਤੜੀ ਆ ਜਾਂਦੀ ਉਹਦੀ ਤੋ ਦੋ ਟਿੱਡ ਦੇ ਵਿੱਚ ਹੁੰਦੇ ਆ ਇੱਕ ਤਾਂ ਉਹਦੇ ਗਲੇ ਕੋਲੇ ਇੱਥੇ ਉਹਨੂੰ ਰੂਮਨ ਕਹਿੰਦੇ ਆ ਅਸੀਂ ਉਹ ਜਨਾ ਭੋਜਨ ਖਾ ਲੈਂਦਾ ਹੈ ਪਹਿਲਾਂ ਉੱਥੇ ਉਸ ਦੀ ਉਗਾਲੀ ਕਰਦਾ ਹੈ ਬਾਅਦ ਵਿੱਚ ਉਹ ਇੱਕ ਆਪਣੇ ਭੋਜਨ ਨੂੰ ਪਚਾਉਣ ਵਾਸਤੇ ਉਹ ਘਟੋ ਘਟ 200 ਵਾਰ ਉਸ ਨੂੰ ਉੱਪਰ ਤੋਂ ਹੇਠਾਂ ਲੈ ਕੇ ਜਾਂਦਾ ਤਾਂ ਉਸ ਫਿਰ ਉਹ ਉੱਥੇ ਖਾਸ ਤਰ੍ਹਾਂ ਦੇ ਬੈਕਟੀਰੀਆ ਰਹਿੰਦੇ ਆ ਉਹ ਬੈਕਟੀਰੀਆ 'ਚ ਐਸਿਡ ਨਹੀਂ ਹੁੰਦਾ ਉੱਥੇ ਤੇ ਉਸ ਨੂੰ ਫਿਰ ਉਹ ਬੈਕਟੀਰੀਆ ਉਸ ਨੂੰ ਆਪ ਦੀ ਮਾਈਕਰੋ ਇੰਜੀਨੀਅਰਿੰਗ ਕਰਦੇ ਆ ਕਿ ਫੈਟ ਨੂੰ ਅੱਡ ਕੱਢਣਾ ਹੈ ਵਿਟਾਮਿਨਸ ਨੂੰ ਅੱਡ ਕੱਢਣਾ ਹੈ ਉਹਨੂੰ ਕਿੱਥੇ ਕਿੱਥੇ ਭੇਜਣਾ ਹੈ ਔਰ ਉਸ ਤੋਂ ਬਾਅਦ ਫਿਰ ਉਹ ਪੇਟ ਦੇ ਵਿੱਚ ਜਾਏਗਾ ਪੇਟ ਦੇ ਵਿੱਚ ਉੱਥੇ ਸਿਰਫ ਪ੍ਰੋਟੀਨ ਡਾਈਜੈਸਟ ਹੋਏਗਾ ਓਕੇ ਔਰ ਉਸ ਤੋਂ ਬਾਅਦ ਫਿਰ ਜਿਹੜਾ ਸਾਰਾ ਭੋਜਨ ਬਾਈਪਾਸ ਕਰਕੇ ਉਸ ਨੇ ਉਹ ਆਂਤਰੀ ਵਿੱਚ ਜਾ ਕੇ ਅਬਜ਼ੌਰਬ ਹੋਣ ਵਾਸਤੇ ਭੇਜ ਦੇਣਾ ਹੈ ਮਨੁੱਖ ਦੇ ਵਿੱਚ ਇੱਕ ਢਿੱਡ ਹੈ ਉੱਥੇ ਦੋ ਨਹੀਂ ਹੈ ਉਹਦੇ ਵਿੱਚ ਢਿੱਡ ਦੇ ਵਿੱਚ ਸਾਡਾ ਜਿਹਾ ਸਟਮਕ ਹੈ ਜੇ ਸਾਇੰਸ ਸਟੂਡੈਂਟ ਨੂੰ ਪੁੱਛੋਗੇ ਤੁਸੀਂ ਤਾਂ ਉਹ ਕਹੇਗਾ ਕਿ ਢਿੱਡ ਦੇ ਵਿੱਚ ਸਿਰਫ ਸਿਰਫ ਪ੍ਰੋਟੀਨ ਦੀ ਡਾਈਜੈਸ਼ਨ ਹੁੰਦੀ ਹੈ ਆਦਰ ਫੂਡਸ ਦੀ ਡਾਈਜੈਸ਼ਨ ਨਹੀਂ ਹੁੰਦੀ ਬਾਕੀ ਦਾ ਅਦਰ ਫੂਡ ਹੈ ਫੈਟ ਹੈ ਜਾਂ ਕੋਈ ਵੀ ਚੀਜ਼ ਖਾਧੀ ਹੈ ਜਿਹੜੀ ਉਹ ਢਿੱਡ ਤੋਂ ਹੁੰਦੀ ਹੋਈ ਉਹ ਆਂਤੜੀਆਂ ਜਾਊਗੀ ਆਂਤੜੀਆਂ ਚ ਅਗਰ ਸਫੀਸ਼ੀਐਂਟ ਐਂਜ਼ਾਈਮ ਹੈਗੇ ਥੋੜੇ ਸਟਰੋਂਗ ਐਂਜ਼ਾਈਮ ਹੈਗੇ ਆ ਥੋੜੇ ਤਾਂ ਉਹ ਸਾਰਾ ਭਾਰ ਆਂਦੜੀਆਂ ਤੇ ਹੋਏਗਾ ਉਸ ਨੂੰ ਉਸ ਤਰ੍ਹਾਂ ਨਾਲ ਡਾਈਜੈਸਟ ਕਰਨੀਆਂ ਜਿਹੜਾ ਪਸ਼ੂ ਦੇ ਢਿੱਡ ਦੀ ਗੱਲ ਕਰਦੇ ਆਪਾਂ ਮਨੁੱਖ ਦੇ ਵਿੱਚ ਲੈਟਰਿੰਗ ਤੋਂ ਠੀਕ ਉੱਪਰ ਥੋੜਾ ਜਿਹਾ ਰੈਕਟਮ ਦੇ ਉੱਪਰ ਉੱਥੇ ਕੁਝ ਖਾਸ ਤਰ੍ਹਾਂ ਦੇ ਬੈਕਟੀਰੀਆ ਉੱਥੇ ਰਹਿੰਦੇ ਨੇ ਉਹਨਾਂ ਗਟ ਫਲੋਰਾ ਕਹਿੰਦੇ ਆ ਜਿਹੜਾ ਪਸ਼ੂ ਦਾ ਢਿੱਡ ਇੱਥੇ ਕੰਮ ਕਰਦਾ ਉਹ ਉੱਥੇ ਕੰਮ ਕਰਦਾ ਹੁਣ ਇੱਕ ਨੇ ਤਾਂ ਸ਼ੁਰੂ ਚ ਕੰਮ ਕਰ ਦੇਣਾ ਇੱਕ ਨੇ ਅੰਤ ਤੇ ਕਰਨਾ ਉਸ ਤੋਂ ਪਹਿਲਾਂ ਮੈਕਸਿਮਮ ਭੋਜਨ ਤੁਹਾਡੇ ਛੋਟੀ ਅੰਤੜੀ ਚ ਪਚ ਜਾਂਦਾ ਹੂੰ ਹੂੰ ਉਹ ਇਲੀਅਮ ਦੇ ਜ਼ਰੀਏ ਪਚ ਜਾਣਾ ਉਹਦੇ ਵਿੱਚ ਔਰ ਉਹਦੇ ਵਿੱਚ ਤਾਂ ਫਿਰ ਉਹ ਉਹ ਕਹਿੰਦੇ ਵੀ ਬੱਚਾ ਖੋਚਾ ਮਾਲ ਜਿੰਨਾ ਕ ਕੰਮ ਆ ਜੇ ਉਹਨਾਂ ਠੀਕ ਹੈ ਥੋੜਾ ਉਹਦੇ ਚੋਂ ਡਾਈਜੈਸਟ ਹੁੰਦਾ ਹੈਗਾ ਔਰ ਉਹਦੇ ਵਿੱਚ ਮੈਕਸਿਮ ਚੀਜ਼ ਵੇਸਟੇਜ ਚਲੀ ਜਾਂਦੀ ਹੈ ਅਗਰ ਤੁਹਾਡੇ ਉੱਤੇ ਬੈਕਟੀਰੀਆ ਸਹੀ ਨਹੀਂ ਲਿਆਏ ਗਏ ਬੈਡ ਬੈਕਟੀਰੀਆ ਵੀ ਉੱਥੇ ਹੁੰਦੇ ਆ ਅਗਰ ਉਹ ਡਵੈਲਪ ਹੋ ਗਏ ਸਾਰਾ ਕੁਝ ਹੋ ਗਿਆ ਉਰੇ ਉਸੇ ਫੂਡ ਨੂੰ ਉਹ ਜਿਹੜਾ ਨੈਗੇਟਿਵ ਫੂਡ ਚ ਬਦਲ ਦੇਣਾ ਉਸਨੇ ਤੇ ਉਹ ਨੁਕਸਾਨ ਕਰੇ ਇਹ ਜਿਹੜੀਆਂ ਤੁਹਾਡੀਆਂ ਥੋੜੀਆਂ ਗੱਲਾਂ ਨੇ ਸੈਂਟੀਫਿਕਲੀ ਵੇਦ ਨਾਲ ਠੀਕ ਨਹੀਂ ਆਮ ਲੋਕਾਂ ਦੇ ਉੱਤੋਂ ਦੀ ਲੱਗਦੀਆਂ ਬਸ ਸਿੱਧੀ ਜੀ ਗੱਲ ਜਿਹੜੀ ਆਪਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸੀਏ ਕਿ ਮੀਟ ਖਾਣਾ ਕਿਉਂ ਜ਼ਰੂਰੀ ਹੈ ਜਿਹੜਾ ਨੌਨ ਵੇਜ ਹੈ ਉਹਦੀ ਕੀ ਲੋੜ ਹੈ ਤੇ ਵੈਜੀਟੇਰੀਅਨ ਭੋਜਨ ਦੇ ਨੁਕਸਾਨ ਕੀ ਹੈ ਜਦੋਂ ਅਸੀਂ ਵੈਜੀਟੇਰੀਅਨ ਫੂਡ ਨੂੰ ਖਾਵਾਂਗੇ ਅਗਰ ਉਹ ਨਹੀਂ ਪਚੇਗਾ ਪ੍ਰੋਪਰ ਸਿੱਧੇ ਤਰੀਕੇ ਨਾਲ ਅਗਰ ਪ੍ਰੋਪਰ ਪਲਾਂਟ بیس ਫੂਡ ਨੇ ਪਚਣਾ ਨਹੀਂ ਜਿਹੜਾ ਪੌਦੇਦਾਰਿਤ ਖੁਰਾਕ ਹੈ ਉਹ ਮਨੁੱਖ ਦੇ ਢਿੱਡ ਵਿੱਚ ਪਚਦੀ ਨਹੀਂ ਅਗਰ ਉਹ ਨਹੀਂ ਪਚੇਗੀ ਤਾਂ ਉਹ ਕੋ ਅਲਟੀਮੇਟਲੀ ਬੈਡ ਪ੍ਰੋਟੀਨ ਬੈਡ ਪ੍ਰੋਟੀਨ ਚ ਕਨਵਰਟ ਹੋ ਜਾਊਗੀ ਪੌਦੇਦਾਰ ਜਿਹੜਾ ਫੂਡ ਹੈ ਉਹਨੂੰ ਤੁਸੀਂ ਇਹ ਸਬਜ਼ੀਆਂ ਨੂੰ ਵੀ ਮੰਨਦੇ ਹੋ ਇਹਦੇ ਹਾਂ ਉਸੇ ਇਹ ਕੱਚੀਆਂ ਸਬਜ਼ੀਆਂ ਹਾਂ ਕੱਚੀ ਸਬਜ਼ੀਆਂ ਆਈਆਂ ਨੇ ਗ੍ਰੇਨਜ਼ ਵੀ ਆਈਆਂ ਨੇ ਸਾਰੀ ਚੀਜ਼ਾਂ ਆ ਜਾਂਦੀਆਂ ਹੈ ਔਰ ਉਹ ਆਟੋਇਮਿਊਨਿਟੀ ਦਾ ਕਾਰਨ ਬਣਦੇ ਜਿਹਦੇ ਕਰਕੇ ਵਿਅਕਤੀ ਨੂੰ 슈ਗਰ ਹੈ ਡਾਇਬੀਟਿਸ ਦੂਸਰੀ ਹਾਈਪਰਟੈਨਸ਼ਨ ਹੈ ਪਾਰਕਿੰਸਨ ਹੈ ਆਰਟਿਸਮ ਹੈ ਮੈਂਟਲ ਡੈਡੀਸ਼ਨ ਹੈ ਡਿਪਰੈਸ਼ਨ ਹੈ ਐਂਜਾਈਟੀ ਹੈ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਸ ਦੇ ਨਾਲ ਸ਼ੁਰੂ ਹੋ ਜਾਂਦੀਆਂ ਹਨ ਕਿਉਂਕਿ ਮਨੁੱਖ ਨੂੰ ਜਿਉਂਦਾ ਰਹਿਣ ਵਾਸਤੇ ਖੁਰਾਕ ਚਾਹੀਦੀ ਹੈ ਪ੍ਰੋਟੀਨ ਚਾਹੀਦਾ ਡਾਈਟ ਚਾਹੀਦੀ ਹੈ ਮਸਲ ਚਾਹੀਦਾ ਮਸਲ ਬਣਨ ਵਾਸਤੇ ਸਟਰਕਚਰ ਖੜਾ ਕਰਨ ਵਾਸਤੇ ਤੋਂ ਨੂੰ ਸਟਰੋਂਗ ਡਾਈਟ ਚਾਹੀਦੀ ਹੈ ਤੋਂ ਪੌਦੇਦਾਰਿਤ ਖੁਰਾਕ ਦੇ ਵਿੱਚ ਨਹੀਂ ਹੁੰਦੀ ਜਿਵੇਂ ਸਪੋਜ਼ ਕੀਤਾ ਕਿ ਮੈਗਨੀਸ਼ੀਅਮ ਹੈ ਮੈਗਨੀਸ਼ੀਅਮ ਤੇ ਜ਼ਿੰਕ ਨੂੰ ਤੁਸੀਂ ਅਗਰ ਨੈਟ ਤੇ ਗੂਗਲ ਤੇ ਕਰਕੇ ਦੇਖੋਗੇ ਮੈਗਨੀਸ਼ੀਅਮ ਤੇ ਜ਼ਿੰਕ ਦਾ ਸੋਰਸ ਕੀ ਹੈਗਾ ਤਾਂ ਮੈਕਸਿਮ ਰਿਚ ਸੋਰਸਡ ਹੋਂ ਦੱਸਣਗੇ ਉਹ ਕਹਣਗੇ ਐਗ ਤੇ ਜਿਹੜਾ ਨਾਨ ਵੇਜ ਬਾਕੀ ਤਾਂ ਕੋਈ ਕਹਣਾ ਉਹ ਫਲਾਣਾ ਚੰਨਾ ਮਿਲ ਜੂਗਾ ਉਹਦੇ ਚ ਇੰਨਾ ਪਰਸੈਂਟ ਮਿਲ ਸਕਦਾ ਹੈ ਪਹਿਲੀ ਗੱਲ ਤਾਂ ਉਸ ਨੂੰ ਤੁਸੀਂ ਡਾਈਜੈਸਟ ਕਰੋਗੇ ਫਿਰ ਫਿਰ ਮਿਲੇਗਾ ਇੱਕ ਡਾਇਰੈਕਟ ਹੀ ਪਿਆ ਇੱਕ ਜਿਹੜੀ ਆਪਣੇ ਉਹ ਗੱਲ ਉਹ ਤੁਸੀਂ ਕਹਿ ਰਹੇ ਸੀ ਕਿ ਜਿਹੜਾ ਪਸ਼ੂ ਨੇ ਕੰਮ ਕਰ ਲਿਆ ਪlant ਤੋਂ ਲੈ ਕੇ ਆਪਣੇ ਅੰਦਰ ਸਾਰਾ ਡਾਈਜੈਸਟ ਕਰ ਲਿਆ ਉਹ ਇੱਕ ਕੜੀ ਮਨੁੱਖ ਕਰੋਸ ਕਰ ਜਾਂਦਾ ਹ ਹ ਜੇ ਸਿੱਧਾ ਤੁਸੀਂ ਪਸ਼ੂ ਨੂੰ ਖਾ ਲਿਆ ਮਤਲਬ ਪੌਦੇ ਨੂੰ ਪਸ਼ੂ ਨੇ ਪਚਾਲਿਆ ਹੂੰ ਹੂੰ ਪਸ਼ੂ ਨੂੰ ਤੁਸੀਂ ਖਾ ਲਿਆ ਤੇ ਇੱਕ ਕੜੀ ਵਿੱਚੋਂ ਗਾਇਬ ਹੋ ਗਈ ਮਨ ਲ ਤੁਸੀਂ ਡਾਇਰੈਕਟ ਉਹ ਡਾਈਜੈਸਟ ਹੋਣ ਦੇ ਐਬਲ ਹੈਗਾ ਤੁਹਾਡੇ ਮਨੁੱਖ ਨੂੰ ਕੰਮ ਪਸ਼ੂ ਵਾਲਾ ਕੰਮ ਵੀ ਮਨੁੱਖ ਨੂੰ ਹੀ ਕਰਨਾ ਪੈਣਾ ਹੈ ਜਦ ਕਿ ਮਨੁੱਖ ਦੇ ਵਿੱਚ ਪਸ਼ੂ ਵਾਲਾ ਸਿਸਟਮ ਨਹੀਂ ਹੈਗਾ ਹੂੰ ਹੂੰ ਠੀਕ ਹੈ ਇਸ ਕਰਕੇ ਉਹਦੇ ਲਈ ਉਹ ਨੁਕਸਾਨ ਕਰੂਗਾ ਉਹਦੇ ਵਿੱਚ ਉਹ ਫੂਡ ਔਰ ਇਹ ਇੱਕ ਸੋਚੀ ਸਮਝੀ ਤੁਸੀਂ ਇਹ ਦੇਖੋ ਕਿ ਜਿਹੜੀ ਪਲਾਂਟ بیس ਡਾਈਟ ਹੈ ਜਿਹੜੇ ਪੌਦਾਦਾਰ ਖੁਰਾਕ ਹੈ ਜੇ ਪਸ਼ੂ ਖਾਣਗੇ ਤੁਸੀਂ ਪਿੰਡੀਆਂ ਪਾਈ ਜਾਓ ਕੱਦੂ ਪਾਈ ਜਾਓ ਆ ਸਾਰਾ ਹਰਾਚਾਰਾ ਸਾਰਾ ਪਾਓ ਮਰਜੀ ਪਸ਼ੂਆਂ ਨੂੰ ਪਸ਼ੂਆਂ ਨੂੰ ਪਾਓ ਉਹ ਮੋٹے ਵੀ ਹੋਣਗੇ ਉਹ ਸਟਰੋਂਗ ਵੀ ਹੋਣਗੇ ਹਨਾ ਲੇਕਿਨ ਉਹੀ ਖਾਣਾ ਜਿਹੜਾ ਤੁਸੀਂ ਆਦਮੀ ਨੂੰ ਪਾਉਣਾ ਸ਼ੁਰੂ ਕਰ ਦੋ ਹਨਾ ਉਹਦੇ ਗ੍ਰੇਨਸ ਬੰਦ ਕਰ ਦੋ ਸਿਰਫ ਕੱਚੀਆਂ ਸਾਰੀਆਂ ਚੀਜ਼ਾਂ ਪਾਈ ਜਾਓ ਉਹ ਚਾਰਕ ਦਿਨਾਂ ਚ ਉਹ ਪਤਲਾ ਹੋ ਜਾਊਗਾ ਉਹ 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 ਸੁੱਕ ਜਾਊਗਾ ਜੇ ਤੁਸੀਂ ਚਲੋ ਮੰਨ ਵੀ ਲਿਆ ਤੁਸੀਂ ਖੁਰਾਕ ਵੀ ਦੇਈ ਵੀ ਜਾ ਰਹੇ ਹੋ ਉਹ ਦੂਜੀ ਡਾਈਟ ਦੇਈ ਜਾ ਰਹੇ ਹੋ ਉਹ ਸਾਰਾ ਕੁਝ ਜਿਹੜਾ ਪਲਾਂਟ ਦੇਈ ਜਾ ਰਹੇ ਹੋ ਉਹ ਨਾਲ ਬੰਦਾ ਮੋਟਾ ਤਾਂ ਜ਼ਰੂਰ ਹੋ ਸਕਦਾ ਸਟਰੋਂਗ ਨਹੀਂ ਹੋ ਸਕਦਾ ਫਿਰ ਜਿਮ ਜੋ ਜਾਂਦੇ ਆ ਲੋਕ ਜਿਮ ਟ੍ਰੇਨਿੰਗ ਫਿਰ ਸਪਲੀਮੈਂਟ ਕਿਉਂ ਪਾ ਲਦੇ ਆ ਵੇਜੀਟੇਰੀਅਨ ਜਿਹੜੇ ਆਲਟੀਮੇਟਲੀ ਡਿਪੈਂਡ ਤਾਂ ਉਹਨਾਂ ਤੇ ਹੀ ਰਹਿਣਾ ਪਊਗਾ ਇਹਨਾਂ ਨਾਲੋਂ ਜਾਂ ਫਿਰ ਉਹ ਨੌਨ ਵੇਜ ਲੈਣਗੇ ਕੋਈ ਵੀ ਜਿਹੜੇ ਲੜਾਈਆਂ ਲੜੀਆਂ ਗਈਆਂ ਜਿਹੜੇ ਯੋਧਾ ਹੋਏ ਆ ਉਹ ਕਿਸੇ ਨਸ਼ੇ ਦੇ ਨਾਲ ਨਹੀਂ ਹੋਏ ਨਸ਼ਾ ਖਾ ਕੇ ਨਹੀਂ ਲੜੇ ਉਥੇ ਉਹ ਖੁਰਾਕ ਨਾਲ ਲੜੇ ਔਰ ਉਥੇ ਨੌਨ ਵੇਜ ਆਪਮ ਸੀਗਾ ਰਾਈਟ ਦੇ ਵਿੱਚ ਅਸੀਂ ਹੁਣ ਕਿਸੇ ਖਾਸ ਰਿਲੀਜੀਅਨ ਨੂੰ ਟਾਰਗੇਟ ਨਹੀਂ ਕਰ ਸਕਦੇ ਪਰ ਉਹਨਾਂ ਦੀਆਂ ਖਾਸ ਸੇਨਾਵਾਂ ਸੀਗੀਆਂ ਜਿਹਨੂੰ ਉਸ ਧਰਮ ਤੋਂ ਵੰਚਿਤ ਕੀਤਾ ਗਿਆ ਸੀ ਹੂੰ ਵੀ ਤੁਹਾਨੂੰ ਇਹ ਧਰਮ ਦੀ ਇਹ ਇਹ ਤੁਹਾਡੇ ਤੇ ਲਾਗੂ ਨਹੀਂ ਹੁੰਦੇ ਰੂਲ ਹੂੰ ਕਿਉਂਕਿ ਤੁਸੀਂ ਲੜਨ ਵਾਲੀ ਫੋਰਸ ਹੋ ਤੁਸੀਂ ਬੱਕਰਾ ਛਟਕਾ ਸਕਦੇ ਤੁਸੀਂ ਖਾ ਸਕਦੇ ਹੋ ਤੁਸੀਂ ਮੀਟ ਖਾ ਸਕਦੇ ਹੋ ਰਾਜਪੂਤਾਨਾ ਦੇ ਵਿੱਚ ਅਕਸਰ ਜਿਹੜਾ ਮੀਟ ਖਾਨਦਾਰ ਆ ਉਥੇ ਬਲੀ ਚੜਦੀ ਰਹੀ ਹਿੰਦੂ ਧਰਮ ਦੇ ਵਿੱਚ ਬਲੀ ਚੜਦੀ ਰਹੀ ਹੈ ਛੋਟੇ ਦੀ ਬਲੀ ਚੜਦੀ ਰਹੀ ਹੈ ਤੇ ਛੋਟੇ ਬਲੀ ਚੜਾ ਕੇ ਉਹ ਸਿੱਟ ਥੋੜੀ ਆਉਂਦੇ ਸੀ ਖਾਂਦੇ ਸੀ ਹੂੰ ਪ੍ਰਸ਼ਾਦ ਦੇ ਰੂਪ ਚ ਖਾਧਾ ਜਾਂਦੇ ਸੀ ਪ੍ਰਸ਼ਾਦ ਦੇ ਰੂਪ ਚ ਖਾਂਦੇ ਸੀ ਨੇਚਰਲ ਵੀ ਖਾਂਦੇ ਸੀ हम बकरे दी आ गई गलत तो हर एक धर्म केर्मे नॉनवेज बारे रिकमेंडे गलत नहीं सी और स्पोर्ट्स वाइज भी देखो जी जिन्हें अथलीट्स निकले जिन्हें स्पोर्ट्समैन निकले जे स्ट्रग अथलीट्स निकले स्ट्रोंग ऑफ स्पोर्ट्समैन निकले फॉरनर से क्यों होए वन बहुत घट्ट हो एक अद्धे दै के बैठने दारा सिंह तो रोज़ टीवी आकर ऐड देता रहा कि संडे हो मंडे रोज़ खाओ अंडे ਹਣਾ ਤੇ ਆਪਾਂ ਐਗਜ਼ਾਮਪਲ ਜਿਆਦਾ ਦਾਰਾ ਸਿੰਘ ਦੀ ਦੇ ਸਕਦੇ ਆ ਵੀ ਸਾਡਾ ਪਹਿਲਵਾਨ ਜਿਹੜਾ ਦਾਰਾ ਸਿੰਘ ਹੋਇਆ ਸੀ ਇੰਡੀਆ ਦੇ ਵਿੱਚ ਕਿਉਂ ਨਹੀਂ ਹੋਇਆ ਤੋਂ ਉਹਨਾਂ ਨੂੰ ਵਿੱਚ ਖਾਂਦਾ ਸੀ ਜਿਹੜੇ ਹੁਣ ਵੀ ਜਿਹੜੇ ਫਾਸਟ ਬੋਲਰਸ ਨੇ ਇੰਡੀਆ ਦੇ ਜਿਹੜੇ ਪਹਿਲਾਂ ਹੋਏ ਉਹਨਾਂ ਦੇ ਕਿਸੇ ਦਾ ਮੋਢਾ ਹੱਲਾ ਹੀ ਰਹਿੰਦਾ ਸੀ ਮੋਢੇ ਦੀ ਸਰਜਰੀ ਹੋ ਗਈ ਉਹ ਹੋ ਗਿਆ ਚਾਰਕਵਾਲਾਂ ਸਿਰਦੇ ਸੀ ਮੋਢੇ ਦੀ ਸਰਜਰੀ ਹੋ ਗਈ ਤੇ ਉਹਦੀ ਉਹਦੀ ਜਿਹੜੇ ਜਿੰਨੇ ਫਾਸਟ ਬੋਲਰ ਫੋਰਨ ਦੇ ਹੋਏ ਅਦਰ ਕੰਟਰੀਸ ਤੇ ਹੋਏ ਉਹਨਾਂ ਨਹੀਂ ਹੋਏ ਔਰ 170 70 ਤੱਕ ਦੀ ਸਪੀਡ ਕੱਢਦੇ ਰਹੇ ਆ ਆਮ ਆਨਵਾਸਤੀ ਗੱਲ ਕ੍ਰਿਕਟ ਦੇ ਵਿੱਚ ਤੇ ਇਹ ਗੱਲਾਂ ਜਿਹੜੀਆਂ ਆ ਰਹੀਆਂ ਦੂਸਰਾ ਤੁਸੀਂ ਦੇਖੋ ਕਿ ਬੱਚਾ ਢਿੱਡ ਦੇ ਵਿੱਚ ਪਲਦਾ ਜਦੋਂ ਉਹ ਫੈਟ ਹੈ ਛੋਟਲੀ ਬ੍ਰੇਨ ਸਾਡਾ 90% ਫੈਟ ਹੈ ਉਹਨੂੰ ਫੈਟ ਚਾਹੀਦੀ ਹੈ ਉਹ ਥੋੜੀ 슈ਗਰ ਨਾਲ ਨਹੀਂ ਚੱਲਦਾ ਇਹ ਗਲਤ ਕਿਸ ਨੇ ਕਹਿ ਕੇ ਬ੍ਰੇਨ ਨੂੰ 슈ਗਰ ਚਾਹੀਦੀ ਹੈ 슈ਗਰ ਦੇ ਸਾਰੇ ਬ੍ਰੇਨ ਜਿਉਂਦਾ ਉਹ ਬਾਈ ਜੋ ਹੈ 100% ਫੈਟ ਉਹ 슈ਗਰ ਤੇ ਸਾਰੇ ਥੋੜੀ ਜਿਹਾ ਉਹ ਉਹਨੂੰ ਓਮੇਗਾ ਵੀ ਚਾਹੀਦੇ ਆ ਉਹਨੂੰ ਪ੍ਰੋਟੀਨ ਉਹਨੂੰ ਫਿਸ਼ ਵੀ ਚਾਹੀਦੀ ਆ ਉਹਨੂੰ ਸਾਰਾ ਕੁਝ ਚਾਹੀਦਾ ਉਹ ਸਾਰਾ ਡਾਈਟ ਜਿਹੜੀ ਸਾਨੂੰ ਨਾਨ ਵੈਜ ਤੋਂ ਮਿਲ ਸਕਦੀ ਆ ਆਦਰਵਾਇਜ਼ ਸਾਡਾ ਨੁਕਸਾਨ ਹੋਏਗਾ ਸਾਡੇ ਕੋਲ ਉਹਨਾਂ ਆਰਟੀਸਮ ਵਾਲੇ ਬੱਚੇ ਆਉਂਦੇ ਆ ਅਸੀਂ ਥੈਰੇਪੀ ਕਰਨ ਤੋਂ ਪਹਿਲਾਂ ਉਹਦੀ ਡਾਈਟ ਤੇ ਪਾਉਨੇ ਆ ਔਰ ਅਸੀਂ ਦੇਖਦੇ ਹਾਂ ਤੇ 30 ਤੋਂ 40% ਜਿਹੜੇ ਸਿੰਪਟਮ ਜਿਹੜੇ ਆਰਟੀਸਮ ਦੇ ਜਿਹੜੀ ਦੁਨੀਆ ਨੇ ਲਿਖਤਾ ਹੈ ਕਿ ਇਨਕਿਊਰੇਬਲ ਬਿਮਾਰੀ ਹੈ ਇਹ ਠੀਕ ਨਹੀਂ ਹੋ ਸਕਦੀ ਅਸੀਂ ਕਿਨੇ ਵੀ ਕਿਸੇ ਪ੍ਰਕਾਰ ਦਾ ਆਰਟੀਸਮ ਮੈਂਟਲ ਟਾਇਰਡ ਬੱਚਾ ਲੈ ਆਓ ਉਹਨੂੰ ਅਗਰ ਸਿਰਫ ਤੁਸੀਂ ਉਹਦੀ ਡਾਈਟ ਬਦਲ ਦੋ ਉਹਨੂੰ ਟੋਟਲ ਨਾਨ-ভেজ ਡਾਈਟ ਤੇ ਪਾ ਦੋ ਤੁਸੀਂ ਸਾਡੇ ਕੋਲ ਬੇਸ਼ੱਕ ਹੀ ਨਾ ਆਇਓ ਤੁਸੀਂ ਵੀਡੀਓ ਦੇਖ ਤੇ ਕਰ ਲਿਓ ਉਹ ਬੱਚੇ ਦੀ ਮੈਂਟਰਲ ਮਾਨਸਿਕ ਸਥਿਤੀ ਤੇ ਸੁਧਾਰ ਹੋ ਜੂਗਾ ਉਹ ਮੈਂਟਲੀ ਤੌਰ ਤੇ ਸਟਰੋਂਗ ਹੋ ਜੂਗਾ ਉਹ ਆਪਦੀ ਐਕਟੀਵਿਟੀ ਵਧੀਆ ਕਰਨ ਲੱਗ ਜੂਗਾ ਜਿਹੜਾ ਮਿਰਗੀ ਦਾ ਮਰੀਜ਼ ਆ ਇੱਕ ਅੱਜ ਤੋਂ ਕੋਈ 20-30 ਸਾਲ ਪਹਿਲਾਂ ਆਮ ਚੱਲੀ ਸੀ ਕਿਟੋ ਡਾਈਟ ਜੀ ਤਾਂ ਐਪੀਲੈਪਸੀ ਜਦੋਂ ਕੰਟਰੋਲ ਨਹੀਂ ਹੁੰਦੀ ਸੀ ਕੋਈ ਦਵਾਈਆਂ ਉਹਦੇ ਕੰਟਰੋਲ ਨਹੀਂ ਕਰਦੀਆਂ ਸੀ ਤਾਂ ਉਦੋਂ ਉਸਨੂੰ ਫਿਰ ਕਿਟੋ ਡਾਈਟ ਤੇ ਪਾਉਂਦੇ ਆ ਹੁਣ ਵੀ ਪਾਉਂਦੇ ਆ ਪਰ ਉਸ ਡਾਈਟ ਨੂੰ ਇਗਨੋਰ ਕੀਤਾ ਗਿਆ ਕਿਟੋ ਚ ਕੀ ਖਾਸ ਹੈ ਕਿਟੋ ਦੇ ਵਿੱਚ ਮੈਕਸਿਮ ਜਿਹੜੀ ਹੈ ਤੁਹਾਡੀ ਨਾਨ ਵੇਜ ਹੈ ਫੈਟ ਵੈਸਟ ਡਾਈਟ ਹੈ ਸਾਰੀ ਨਾਨ ਵੇਜ ਤੇ ਫੈਟ ਵੈਸਟ ਡਾਈਟ ਹੈ ਸਾਰੀ ਪਰ ਦੂਸਰੇ ਪਾਸੇ ਸਾਡੇ ਤੋਂ ਫੈਟ ਹੈ ਉਹ ਛੜਾਈ ਜਾ ਰਹੀ ਹੈ ਨਹੀਂ ਉਹ ਤਾਂਣਾ ਕਲੀਅਰ ਹੀ ਹੋ ਗਿਆ ਹੁਣ ਤਾਂ ਸਾਰੇ ਕਾਰਡੀਓਲੋਜਿਸਟ ਕਹਿਣ ਲੱਗੇ ਫੈਟ ਖਾਣੀ ਚਾਹੀਦੀ ਹੈ ਗੁੱਡ ਫੈਟ ਤੇ ਬੈਡ ਫੈਟ ਦੇ ਵਿੱਚ ਫਰਕ ਹੈ ਜਿਹੜੀ ਥੋੜੀ ਬੈਡ ਫੈਟ ਹੈ ਉਹ ਜਿਹੜੇ ਥੋੜੇ ਰਿਫਾਈਨਸ ਆ ਗਏ ਸਾਰੀਆਂ ਇਹ ਚੀਜ਼ਾਂ ਹੋ ਗਈਆਂ ਗੁੱਡ ਫੈਟ ਹੈ ਜਿਹੜੇ ਜਿਹੜੇ ਐਨੀਮਲ ਫੂਡ ਦੇ ਵਿੱਚ ਵੀ ਹੈ ਦੇਖ ਲਓ ਤੁਸੀਂ ਦੁੱਧ ਐਨੀਮਲ ਫੂਡ ਹੈ ਹਮਮ ਐਨੀਮਲ ਪ੍ਰੋਟੀਨ ਹੈ ਤਾਂ ਇਹ ਦੁੱਧ ਹੈ ਕਿਉਂ ਹੈ ਇਹਦੇ ਵਿੱਚ ਨਹੀਂ ਇਹ ਦੁੱਧ ਦੇ ਬਾਰੇ ਜਿਹੜਾ ਕਿਹਾ ਜਾਂਦਾ ਵੀ ਕਿਉਂ ਬਾਰੇ ਸਾਰੀ ਹੂੰ ਵੀ ਇਹ ਡਾਕਟਰ ਹੈ ਜਿਹੜੇ ਮੈਕਸਿਮਮ ਬੰਦ ਕਰ ਲੈਂਦੇ ਪਰ ਬਹੁਤ ਸਾਰੇ ਲੋਕ ਇਹ ਕਹਿੰਦੇ ਕਿ ਘਿਓ ਤਾਂ ਦੇਸੀ ਛੱਡਣਾ ਹੀ ਨਹੀਂ ਚਾਹੀਦਾ 99% ਡਾਕਟਰ ਹੁਣ ਇਹ ਦੁੱਧ ਤੇ ਘਿਓ ਰეკਮੈਂਡ ਕਰਨ ਲੱਗੇ ਉਹ ਆਪ ਇਸ ਗੱਲ ਨੂੰ ਮੰਨਣਾ ਸ਼ੁਰੂ ਕਰ ਗਏ ਕਿ ਸਾਡੇ ਤੇ ਝੂਠ ਬੁਲਾਇਆ ਗਿਆ ਉਸੇ ਤੇ ਅਸੀਂ ਆਉਨੇ ਆ ਕਿ ਜਿਹੜੀ ਅੱਜ ਤੁਸੀਂ ਬਲੀਵ ਕਰਦੇ ਹੋ ਸਾਇੰਸ ਤੇ ਤੇ ਸਾਇੰਸ ਤੇ ਕਬਜ਼ਾ ਕਿਸ ਦਾ ਹੈਗਾ ਸਾਇੰਸ ਜੇ ਇੰਡੀਪੈਂਡੈਂਟ ਹੈ ਫਿਰ ਤਾਂ ਸਮਾਜ ਦੇ ਹਿੱਤ ਵਿੱਚ ਹੈ ਸਮਾਜ ਉਹ ਸਾਇੰਸ ਤੇ ਕਬਜ਼ਾ ਹੈਗਾ ਕਾਰਪੋਰੇਟ ਦਾ ਤੋਂ ਆਪ ਦੀ ਮਨਪਸੰਦੀਆਂ ਸਟੱਡੀਆਂ ਕਰਾਉਂਦਾ ਤੇ ਤੁਸੀਂ ਉਹ ਸਟੱਡੀ ਤੇ ਬਲੀਵ ਕਰਦੇ ਹੋ ਜਿਵੇਂ ਸਾਡੇ ਤੇ ਸਫੋਲਾ ਸਾਨੂੰ ਖਵਾਇਆ ਗਿਆ ਹਮਮ ਕਨੋਲਾ ਸਾਨੂੰ ਖਵਾਇਆ ਗਿਆ ਵੀ ਇਹ ਖਾਓ ਔਰ ਬਾਅਦ ਚ ਹੁਣ ਉਹੀ ਕਾਰਡੀ ਲਿਸਟ ਕਹਿਣ ਲੱਗੇ ਤਾਂ ਬਹੁਤ ਖਤਰਨਾਕ ਹੈ ਜੀ ਹਣ ਇਹ ਤੇ ਨਹੀਂ ਖਾਣਾ ਚਾਹੀਦਾ ਉਹਨਾਂ ਦੀ ਸਟੱਡੀ ਕਹਿ ਰਹੀ ਸੀ ਜਿਵੇਂ ਨੈਸਲੇ ਨੇ 1970 ਦੇ ਦਹਾਕੇ ਦੇ ਵਿੱਚ ਇਹ ਕਹੇਗਾ ਮਾਂ ਦਾ ਦੁੱਧ ਬਹੁਤ ਖਤਰਨਾਕ ਹੈ ਹਮਮ ਮਾਂ ਦੇ ਜਿਹੜੇ ਜਿਹੜੇ ਇਹ ਸੀਗੇ ਬ੍ਰੈਸਟ ਸੀਗੇ ਇਹਨੂੰ ਸੈਕਸ ਸਿੰਬਲ ਬਣਾਉਣ ਵਾਲੀ ਇਹ ਕੰਪਨੀਆਂ ਸੀ ਹਮਮ ਦੇ ਬਾਬੰਦ ਦੁੱਧ ਵੇਚਣ ਵਾਲੀ ਕੰਪਨੀ ਅਸੀਂ ਵੀ ਜਿਹੜਾ ਇਹ ਦੁੱਧ ਹੈ ਇਹ ਨਰਿਸ਼ਮਣ ਵਾਸਤੇ ਨਹੀਂ ਹੈਗਾ ਇਹ ਜਿਹੜੇ ਥੋੜੇ ਬ੍ਰੈਸਟ ਹੈ ਜਿਹੜੇ ਇਹ ਤਾਂ ਸੈਕਸ ਦਾ ਸਿੰਬਲ ਹੈ ਅੱਛਾ ਰਾਈਟ ਇਹ 1970 ਦੇ ਦਹਾਕੇ 'ਚ ਇਹਨਾਂ ਨੇ ਪ੍ਰਮੋਟ ਕੀਤਾ ਸੀ ਔਰ ਜਿੰਨੇ ਤੁਸੀਂ ਦੁੱਧ ਨਾ ਪਿਆਓਗੇ ਉਹਨੇ ਵੱਡੇ ਹੋਣਗੇ ਔਰ ਉਹਨਾਂ ਇਹ ਸੈਕਸ ਅਟਰੈਕਸ਼ਨ ਦਾ ਕਾਰਨ ਬਣੇਗਾ ਵੱਖਰੇ ਵੱਖਰੇ ਉਹਨੂੰ ਡਿਜ਼ਾਈਨ ਮੋਡਲਿੰਗ ਕੀਤੀ ਗਈ ਸਭ ਕੁਝ ਇਹਨੂੰ ਪ੍ਰਮੋਟ ਕੀਤਾ ਗਿਆ ਔਰ ਤੁਸੀਂ ਦੁੱਧ ਨਾ ਪਿਆਓ ਬੱਚੇ ਨੂੰ ਡੱਬਾ ਦੁੱਧ ਪਿਆਓ ਇਹਦੇ ਨਾਲ ਥੋੜੀ ਫਿਗਰ ਤੇ ਫਰਕ ਪਊਗਾ ਸਾਰਾ ਕੁ ਪਊਗਾ ਔਰ ਅਲਟੀਮੇਟਲੀ ਕੀ ਹੋਇਆ ਕਿ 1970 73 ਦੇ ਦਹਾਕੇ ਚ ਮਿਲੀਅਨਸ ਆਫ ਬੱਚਿਆਂ ਦੀ ਡੈਥ ਹੋਈ ਔਰ ਉਸ ਤੋਂ ਬਾਅਦ ਨੈਸਲੇ ਨੂੰ 베ਬੀ ਕਿਲਰ ਦਾ ਅਵਾਰਡ ਦਿੱਤਾ ਗਿਆ ਜਿਹੜੀ ਆਪਾਂ ਇੰਡੀਆ ਚ ਬਹੁਤ ਟਰਸਟਡ ਕਰਦੇ ਹਾਂ ਨਾ ਤੁਸੀਂ ਉਸ ਨੂੰ 베ਬੀ ਕਿਲਰ ਦਾ ਅਵਾਰਡ ਮਿਲਿਆ ਹੋਇਆ ਕਿ ਇਸ ਨੇ ਡੱਬਾ ਬੰਦ ਦੁੱਧ ਨੂੰ ਪ੍ਰਮੋਟ ਕੀਤਾ ਸੀ ਜਿਹੜਾ ਅੱਜ ਵੀ ਔਰ ਇਹਨਾਂ ਨੇ ਦੁੱਧ ਨੂੰ ਪ੍ਰਮੋਟ ਕਰਨ ਵਾਸਤੇ ਡਾਕਟਰਸ ਨੂੰ ਖਰੀਦਿਆ ਉਹਨਾਂ ਦੇ ਕਲੀਨਿਕ ਖੜੇ ਕਰਤੇ ਰਤੋ ਰਤੀ ਜਿਹੜਾ ਨਰਸਿੰਗ ਹੋਮ ਸੀਗੇ ਉਹਨਾਂ ਦੇ ਨਰਸਾਂ ਜਿਹੜੀਆਂ ਸੀਗੀਆਂ ਉਹਨਾਂ ਦੇ ਬਾਹਰ ਗੇਟਾਂ ਦੇ ਘਰਾਂ ਦੇ ਅੱਗੇ ਮਹਿੰਗੇ ਮਹਿੰਗੇ ਗਿਫਟ ਸਟਿੱਕੇ ਚਲੇ ਜਾਂਦੇ ਹੁੰਦੇ ਸੀ ਤੇ ਇਹ ਜਿਹੜੀ ਇੰਡਸਟਰੀ ਹੈਗੀ ਹੈ ਉਹ ਜਿਵੇਂ ਸਾਨੂੰ ਫੂਡ ਇੰਡਸਟਰੀ ਦਾ ਬਹੁਤ ਵੱਡਾ ਕਬਜ਼ਾ ਫੂਡ ਇੰਡਸਟਰੀ ਇਸ ਨੂੰ ਪ੍ਰਮੋਟ ਕਰ ਰਹੀ ਹੈ ਕਿ ਪਲਾਂਟ ਵਿੱਚ ਫੂਡ ਖਾਣਾ ਚਾਹੀਦਾ ਨਾਨ ਵੇਜ ਫੂਡ ਜਿਹੜਾ ਗਲਤ ਹੈ ਜਦਕਿ ਹੁਣ ਜਿਹੜੀ ਜਿੰਨੀ ਇੰਡੀਆ ਨੂੰ ਛੱਡ ਦੋ ਇੰਡੀਆ 'ਚ 30% ਲੋਕ 30 ਤੋਂ 35% ਲੋਕ ਜਿਹੜੇ ਵੇਜੀਟੇਰੀਅਨ ਹੈ ਪਿਓਰ ਵੇਜੀਟੇਰੀਅਨ ਰਾਈਟ ਬਾਕੀ ਯੂਰਪ ਜਿਹੜਾ 95% ਜਿਹੜਾ ਹੈਗਾ ਉਹ ਨਾਨ-ভেজਿਟਰੀਅਨ ਹੈ। ਔਰ ਪਹਿਲਾਂ 99 ਸੀਗਾ। ਇਹ 99 ਤੋਂ 95 ਜਦੋਂ ਆਇਆ ਇਹ ਜਿਹੜੇ ਪਿਛਲੇ 6-7% ਵਾਲੇ ਜਿਹੜੇ ਲੋਕ ਹੈਗੇ ਆ ਉਹ ਉਹਦੇ ਵਿੱਚ ਫਿਰ ਇਹਨਾਂ ਨੇ ਫੂਡ ਇੰਡਸਟਰੀ ਨੇ ਆਪਦਾ ਵੈਜ ਵੀ ਫੂਡ ਵਿੱਚ, ਪਲਾਂਟ ਬੇਸ ਫੂਡ ਵਿੱਚ ਵਾਰਤਾ ਉਹਨਾਂ ਦੇ। ਜਦੋਂ ਵੜਿਆ ਉਦੋਂ ਉਹਨਾਂ ਬਿਮਾਰੀਆਂ ਦਾ ਇੱਕਦਮ ਵਾਧਾ ਹੋਇਆ। ਇਹ ਵਾਧਾ ਤੁਸੀਂ ਦੇਖੋ ਸਿਗਨੈਲ ਜੀ ਪਿਛਲੇ 70 ਸਾਲਾਂ 'ਚ ਹੀ ਹੋਇਆ ਹੈ। ਨਾਨ-ভেজ ਤਾਂ ਸਦੀਆਂ ਤੋਂ ਖਾਂਦੇ ਰਹੇ ਸੀ ਉਹ। ਯੂਰੋਪੀਅਨ। ਰਾਈਟ? ਉਦੋਂ ਤੋਂ ਬਿਮਾਰੀਆਂ ਆਈਆਂ ਨਹੀਂ। ਹੁਣ ਤੁਸੀਂ ਆਪ ਸੁਣਦੇ ਹੋ ਯੂਰਪ ਚ ਮੋਟਾਪਾ ਬਹੁਤ ਵਧ ਗਿਆ ਯੂਰਪ ਚ ਡਾਇਬਟੀਜ਼ ਬਹੁਤ ਵਧ ਗਈ ਇਹ ਸਾਰਾ ਕਦੋਂ ਵਧਿਆ ਇਹ ਪਿਛਲੇ 70 ਸਾਲ ਦੇ ਹੀ ਹੈ ਨਾ ਫੀਨੋਮਨਾ ਜੇ ਪਹਿਲਾਂ ਵਧਿਆ ਹੁੰਦਾ ਜਨ ਨੂੰ ਮਰ ਜਾਣੇ ਸੀ ਉਹਨਾਂ ਨੇ ਤਾਂ ਸਾਰੀ ਕਮਿਊਨਿਟੀ ਨਹੀਂ ਖਤਮ ਹੋ ਜਾਣਾ ਸੀ ਉਹ ਚਿਕਨ ਤਾਂ ਪਹਿਲਾਂ ਤੋਂ ਹੀ ਖਾਂਦੇ ਆ ਉਹ 70 ਨਾਨਵੇਜ 99% ਨਾਨਵੇਜ ਸੀ ਉਹ ਤਾਂ ਸਾਰੀ ਕਮਿਊਨਿਟੀ ਖਤਮ ਹੋ ਜਾਣਾ ਚਾਹੀਦੇ ਸੀ ਜਦ ਕਿ ਉਹਨਾਂ ਦੇ ਬਹੁਤ ਬਿਹਤਰ ਸਾਡੇ ਨਾਲੋਂ ਦਿਮਾਗ ਨੇ ਬਿਹਤਰ ਉਹਨਾਂ ਦੇ ਸਰੀਰ ਨੇ ਬਿਹਤਰ ਉਹਨਾਂ ਦੀ ਸਾਡੇ ਨਾਲੋਂ ਸੋਚਣੀ ਹੈ ਬਿਹਤਰ ਉਹਨਾਂ ਦਾ ਸਮਾਜ ਹੈ ਸਾਡੇ ਨਾਲ ਰਾਈਟ ਅੱਛਾ ਜਿਵੇਂ ਇਹ ਸਾਰੀਆਂ ਚੀਜ਼ਾਂ ਚੱਲ ਪਈਆਂ ਪੋਲਟਰੀ ਦੇ ਵਿੱਚ ਆਪਾਂ ਹੁਣ ਖਾਣ ਪੀਣ ਵੱਲ ਆਈਏ ਇੱਕ ਪਾਸੇ ਤਾਂ ਪੋਲਟਰੀ ਪ੍ਰੋਡਕਟਸ ਨੇ ਉਹ ਖਾਣੇ ਚਾਹੀਦੇ ਨਹੀਂ ਖਾਣੇ ਚਾਹੀਦੇ ਨਹੀਂ ਪੋਲਟਰੀ ਦਾ ਵਿੱਚ ਗੱਲ ਹੈ ਕਿ ਜਿਹੜੀ ਫਾਰਮਿੰਗ ਵੇਸ ਪੋਲਟਰੀ ਹੈ ਇਹ ਵੀ ਇੱਕ ਮਿੱਥ ਪ੍ਰੋਡਿਊਸ ਕੀਤਾ ਗਿਆ ਹੈ ਕਿ ਜਿਹੜੀ ਪੋਲਟਰੀ ਹੈ ਜਿਹੜਾ ਫੂਡ ਹੈ ਜਿਹੜਾ ਨਾਨ ਵੇਜ ਜਿਹੜਾ ਇਹ ਸਿਰ ਪੋਲਟਰੀ ਜਾਂ ਫਾਰਮਸ ਵਿੱਚ ਹੀ ਹੋ ਸਕਦਾ ਹੈ ਡਾਇਲਪ ਹੋ ਸਕਦਾ ਹੈ ਜਦ ਕਿ ਘਰਾਂ ਦੇ ਵਿੱਚ ਆਮ ਸੀਗਾ ਇਹ ਪਹਿਲਾਂ ਹਰ ਘਰ ਦੇ ਵਿੱਚ 30 30 ਚੜ ਜੜੀ ਕੁੱਪੜੀਆਂ ਰੱਖੀਆਂ ਹੁੰਦੀਆਂ ਸਾਰੇ ਹਰ ਇੱਕ ਨੇ ਰੱਖੀਆਂ ਹੁੰਦੀਆਂ ਸੀ ਉਹ ਆਂਡੇ ਵੀ ਖਾਂਦੇ ਸੀ ਘਰ ਦਾ ਮਾਲ ਹੁੰਦਾ ਸੀ ਸਾਰਾ ਕੁਝ ਉਹ ਬੱਕਰਾ ਵੀ ਝੜ ਕੁੱਪੜ ਵੀ ਝੜਕਾ ਲੈਂਦੇ ਸੀ ਬੱਕਰਾ ਵੀ ਝੜਕਾ ਲੈਂਦੇ ਸੀ ਹੁਣ ਇੱਕ ਸਟੇਟਸ ਸਿੰਬਲ ਬਣ ਗਿਆ ਕਿ ਘਰੇ ਕੁੱਕੜੀਆਂ ਦਾ ਐ ਐਸਸੀ ਜਾਂ ਦਲਿਤ ਸਮਾਜ ਦੇ ਹੋਣਗੀਆਂ ਇਹ ਤਾਂ ਯਾਰ ਥੋੜਾ ਸਟੇਟਸ ਸਿੰਬਲ ਹੈ ਜੱਟ ਦਾ ਘਰੇ ਰੱਖਦਾ ਨਹੀਂ ਕੁੱਪੀ ਨਾ ਨਾ ਬੱਕਰਾ ਰੱਖੇ ਬੱਕਰੀ ਬੋਲ ਪੀਤੇ ਕਹਿੰਦੇ ਸਾਡੀ ਬੇਇੱਜ਼ਤੀ ਹੋ ਜਾਵੇ ਜਦ ਕਿ ਪਹਿਲਾਂ ਇਹ ਸਿਰਫ ਆਪਦੇ ਖਾਣ ਪੀਣ ਦਾ ਫੂਡ ਦਾ ਫੂਡ ਸਟਾਕ ਸੀ ਕਿ ਕਿਸਾਨ ਖੁਦ ਕਸ਼ੀਆਂ ਵੀ ਨਾ ਕਰਦੇ ਨਹੀਂ ਕਰਦੇ ਔਰ ਸਟਰੋਂਗ ਵੀ ਸੀ ਪੰਜਾਬ ਜਿਹੜਾ ਪੰਜਾਬ ਜਾਣੇ ਕਿਸ ਵਾਸਤੇ ਜਾਂਦਾ ਸੀਗਾ ਆਪਦੇ ਸਰੀਰ ਲਈ ਜਾਣਦੇ ਸੀ ਤੇ ਹਰੀ ਸਿੰਘ ਨਲਵਤ ਬਾਬਾ ਦੀਪ ਸਿੰਘ ਵਰਗੇ ਲੋਕ ਹੋਏ ਉਹ ਸਰੀਰ ਕਰ ਕੋ ਜਿਹੜੇ ਮਤਲਬ ਕੌਂਟਰੋਲ ਆਂਦਾ ਵਜਨ ਉਹ ਆਪ ਦਾ ਹਥਿਆਰਾਂ ਦਾ ਚੱਕਦੇ ਸੀਗੇ ਔਰ ਅੱਜ ਜਿਹੜਾ ਉਹੀ ਪੰਜਾਬ ਦੇ ਵਿੱਚ ਇਹ ਹੈ ਕਿ ਇੱਕ ਸਟੱਡੀ ਸੀ ਸਾਡੇ ਚਾਰ ਪਿੰਡਾਂ ਦੀ ਉਹਦੇ ਵਿੱਚ ਆਇਆ ਕਿ 92% ਲੋਕ ਐਨੀਮੀਆ ਦਾ ਸ਼ਿਕਾਰ ਹੈ ਇਨਕਲੂਡਿੰਗ ਯੰਗ ਪੰਜਾਬੀ ਉਹ ਚ 30% ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦਾ ਐਚਪੀ ਜਿਹੜਾ ਸੀ 10 ਗ੍ਰਾਮ ਤੋਂ ਘੱਟ ਆ ਉਹਨਾਂ ਲੋਕਾਂ ਦਾ اچھا ਪ੍ਰਜਨਨ ਦਰ ਵੀ ਘਟ ਰਹੀ ਹੈ ਨਾਲ ਇਹਦੇ ਤੇ ਕੀ ਹੈ ਡੈਫੀਨਿਟਲੀ ਉਹਦੇ ਵਿੱਚ ਥੋੜਾ ਸੈਕਸ ਆਰਗਨ ਜਿਹੜੇ ਬਣਦੇ ਆ ਸੈਕਸ ਆਰਗਨ ਜਿਹੜੇ ਹੈ ਉਹਨਾਂ ਨੂੰ ਕੋਲੇਸਟ੍ਰੋਲ ਚਾਹੀਦਾ ਜਿਹੜੇ ਤੁਹਾਨੂੰ ਮੈਡੀਕਲ ਵਾਲੇ ਮਹਾਰ ਦੱਸਣਗੇ ਕਿ ਜੇ ਸੈਕਸ ਹਾਰਮੋਨ ਬਣਨੇ ਆ ਉਹ ਕੋਲੇਸਟ੍ਰੋਲ 베ਸ ਹੈ ਉਹਨਾਂ ਦਾ ਔਰ ਗੁੱਡ ਕੋਲੇਸਟ੍ਰੋਲ 베ਸ ਹੈ ਉਹ ਗੁੱਡ ਕੋਲੇਸਟ੍ਰੋਲ ਮਿਲੂਆ ਤੁਹਾਨੂੰ ਕਿੱਥੋਂ ਐਨੀਮਲ ਫੂਡ ਚੋਂ ਹੀ ਨਾ ਔਰ ਓਏਸ ਕਰਕੇ ਦਿਨੋ ਦਿਨ ਜਿਵੇਂ ਜਿਵੇਂ ਤੁਸੀਂ ਘਟਾਈ ਜਾ ਰਹੇ ਹੋ ਘਟਾਈ ਜਾ ਰਹੇ ਆ ਡਾਈਟ ਚ ਦੁੱਧ ਵੀ ਛੱਡ ਦਿਓ ਦੁੱਧ ਤਾਂ ਮੈਕਸਮ ਲੋਕ ਨਹੀਂ ਪੀਂਦੇ ਠੀਕ ਹੈ ਘੋ ਵੀ ਛੱਡ ਦਿਓ ਤੁਸੀਂ ਬੱਕਰਾ ਵੀ ਨਹੀਂ ਖਾਣਾ ਸਬਜ਼ੀਆਂ ਖਾ ਖਾ ਕੇ ਨਤੀਜਾ ਕੀ ਹੈ ਕਿ ਤੁਸੀਂ ਕਿਸੇ ਮੈਡੀਕਲ ਸ਼ਾਪ ਤੇ ਜਾ ਕੇ ਖੜ੍ਹ ਜੋ ਸ਼ਾਮ ਨੂੰ 7 ਵਜੇ ਕੋਈ ਵੀ ਜਿਹੜਾ ਸੁਣ ਰਿਹਾ ਔਰ ਉੱਥੇ ਇੱਕ ਮੰਗਲ ਉੱਥੇ ਇੱਕ ਦੁਕਾਨ ਤੇ ਇੱਕ ਮੁੰਡਾ ਆਏਗਾ 15 20 ਸਾਲ ਦਾ ਕੋਈ 25 ਸਾਲ ਦਾ ਕੋਈ 30 ਸਾਲ ਦਾ ਕੋਈ 35 ਸਾਲ ਦਾ 40 ਸਾਲ ਦਾ ਉਹ ਮੈਡੀਕਲ ਲੈਣ ਕਿ ਇੱਕ ਗੋਲੀ ਚਾਹੀਦੀ ਹੈ ਇੱਕ ਗੋਲੀ ਦਾ ਡਾਕਟਰ ਨੂੰ ਉਹਨੂੰ ਵੀ ਪਤਾ ਹੈ ਤੇ ਉਹਨੂੰ ਹੀ ਪਤਾ ਕਿਉਂਕਿ ਸੀਕ੍ਰੀਟ ਚੱਲ ਰਿਹਾ ਹੈ ਕਿਉਂਕਿ ਉਹ ਪਬਲਿਕ 'ਚ ਨਹੀਂ ਕਰਨਾ ਡੋਮੇਨ 'ਚ ਨਹੀਂ ਲੈਣਾ ਚਾਹੁੰਦੇ ਸੈਕਸ ਕਰਨਾ ਇੱਕ ਮਜਬੂਰੀ ਬਣ ਗਈ ਪੰਜਾਬੀਆਂ ਦੀ <laughs> सेक्स एन्जॉय ਨਹੀਂ ਹੈਗਾ राइट ਕਿਉਂਕਿ सेक्स ਬਣਨਾ ਕਿ ਉਹ ਹਾਰਮੋਨ ਜਿਹੜਾ ਬਣਨੇ ਸਾਡੀ ਫੈਟ ਚੋਂ ਗਲ ਕਲੈਸਟਰ ਜਬਾਨੇ ਉਹ ਇਸ ਡਾਈਟ ਚੋਂ ਘਟਦਾ ਔਰ ਜਿਹੜੀ ਆ ਜਿਹੜੀ ਫੈਟ بیسਡ ਡਾਈਟ ਆ ਐਨੀਮਲ بیس ਪ੍ਰੋਟੀਨ ਜਿਹੜੀ ਡਾਈਟ ਹੈ ਨਾ ਇਹ ਪਹਿਲਾਂ ਜਿਹੜੇ ਸੀ ਸਾਧਵੀ ਲੋਕ ਸੀਗੇ ਉਹਨੂੰ ਸਾਤਵਿਕ ਫੂਡ ਕਹਿੰਦੇ ਸੀ ਜਿਨ੍ਹਾਂ ਨੇ ਤਪੱਸਿਆ ਕਰਨੀ ਜਿਨ੍ਹਾਂ ਨੇ ਸ਼ਰੀਰ ਦਾ ਫਿਜ਼ੀਕਲ ਕੰਮ ਕੋਈ ਨਹੀਂ ਕਰਨਾ ਸ਼ਾਂਤ ਰਹਿਣਾ ਜਿਨ੍ਹਾਂ ਨੇ ਸ਼ਾਂਤ ਰਹਿਣਾ ਉਹ ਚ ਸੈਕਸ ਜਿਹੜਾ ਹੈਗਾ ਉਹ ਆਊਟ ਕਰਨਾ ਹੈ ਉਹਨਾਂ ਨੇ ਜੋ ਸੈਕਸ ਆਊਟ ਕਰਨਾ ਸੀ ਇਸ ਕਰਕੇ ਉਹਨਾਂ ਨੇ ਉਹ ਡਾਈਟਸ ਆਊਟ ਕਰ ਦਿੰਦੇ ਸੀ ਇਸ ਕਰਕੇ ਜੈਨਿਸ ਵਾਸਤੇ ਜਿਹੜੇ ਜੈਨਿਜ਼ਮ ਨੂੰ ਉਸ ਸਪਿਰਚੁਅਲਿਜ਼ਮ ਨੂੰ ਜਾਣਾ ਚਾਹੁੰਦੇ ਆ ਉਹਨਾਂ ਵਾਸਤੇ ਤੇ ਡਾਈਟ ਠੀਕ ਹੈ ਕਿਉਂਕਿ ਸਾਰਾ ਕੁਝ ਸਿੰਬਲ ਇੱਕ ਛੀ ਹੋ ਜੂਗਾ ਕੰਮ ਪਰ ਜੇ ਵਿਅਕਤੀ ਨੇ ਆਮ ਜਿਉਣਾ ਹੈ ਫੇਰ ਨਹੀਂ ਹੁਣ ਸਰੀਰ ਤਾਂ ਦਿਖ ਰਹੇ ਨੇ ਮੋٹے ਨੇ ਹਟੇ ਨੇ ਅੰਦਰ ਕੱਖ ਨਹੀਂਗਾ ਸਵੇਰ ਉੱਠਿਆ ਨਹੀਂ ਜਾਂਦਾ ਕਿਸੇ ਤੋਂ ਸ਼ਾਮ ਨੂੰ ਨੀਂਦ ਲਿਆਉਣੀ ਤੇ दारू ਪੀਣੀ ਹੈ ਨੀਂਦ ਲੈਣ ਵਾਸਤੇ दारू ਪੀਣੀ ਪੈਂਦੀ ਆ ਨੀਂਦ ਲੈਣ ਵਾਸਤੇ ਤੁਹਾਨੂੰ ਗੋਲੀ ਲੈਣੀ ਪੈਂਦੀ ਆ ਨਾ ਨੀਂਦੋਂਦੀ ਨਾ ਸੁਬਾ ਉੱਠਿਆ ਜਾਂਦਾ। ਨਾ ਕੰਮ ਹੁੰਦਾ। ਘਰਚ ਆਪਾਂ ਕਹਿੰਨੇ ਵੀ ਜਿਹੜੇ ਹੁਣ ਪੰਜਾਬ 'ਚ ਇਹ ਗੱਲ ਪ੍ਰਮੋਟ ਕਰ ਰਹੇ ਸੀ ਨੂੰ ਕਿ ਨਸ਼ਾ ਬਹੁਤ ਵੱਧ ਗਿਆ। ਨਸ਼ਾ ਵਧਣ ਦਾ ਕਾਰਨ ਕੱਲਾ ਪੰਜਾਬ ਨਹੀਂ ਸਾਰਾ ਇੰਡੀਆ 'ਚ ਵਧਿਆ। ਅੱਛਾ। ਔਰ ਇਹਦੇ 'ਚ ਨਸ਼ਾ ਵਧਣ ਦਾ ਕਾਰਨ ਬੇਸਿਕ ਸਾਡੇ ਸਰੀਰ ਕਮਜ਼ੋਰ ਹੋ ਗਏ। ਹੁਣ ਕਮਜ਼ੋਰ ਸਰੀਰ ਨੇ ਕੰਮ ਤਾਂ ਕਰਨਾ ਤੁਸੀਂ ਮੇਰੇ ਕੋਲੇ ਆਏ ਹੋ ਮੈਨੂੰ ਸੁਬਾ ਜਲਦੀ ਉੱਠਣਾ ਹੈਗਾ ਉੱਠਣ ਵਾਸਤੇ ਮੈਨੂੰ ਐਕਟਿਵ ਤਾਂ ਹੋਣਾ ਪਊ ਮੈਨੂੰ ਚਾਹ ਤਾਂ ਪੀਣੀ ਪੈਣੀ ਉਹ ਵੀ ਤਾਂ ਚਾਹੀਏ। ਚਾਪੀਣ ਤੋਂ ਬਾਅਦ ਮੈਨੂੰ ਲੱਗਦਾ ਫਿੱਟ ਨਹੀਂ ਬੈਠੋ ਯਾਰ ਮੈਂ ਥੋੜੀ ਗੋਲੀ ਵੀ ਖਾ ਲਿਆ ਯਾਰ ਪਤਾ ਨਹੀਂ ਮੈਂ ਕੰਮ ਕਰਾਂਗਾ ਕਿ ਨਹੀਂ ਕਰਾਂਗਾ ਇਹਨਾਂ ਕੋਲੇ ਤੋਂ ਅੱਜਕੱਲ ਬੇਬੇ ਵੀ ਤਾਂ ਹਰੇ ਪੱਤੇ ਵਾਲੀ ਗੋਲੀ ਖਾ ਕੇ ਉੱਠਦੀ ਐ ਉਹ ਵੀ ਤਾਂ ਨਸ਼ੇੜੀ ਹੋ ਰਹੀ ਐ ਹਰ ਇੱਕ ਬੰਦਾ ਤਾਂ ਨਸ਼ੇੜੀ ਐ ਅੱਜਕੱਲ ਤੋਂ ਨਸ਼ੇੜੀ ਕਾਰਨ ਐ ਕਿ ਸਾਨੂੰ ਸਰੀਰ 'ਚ ਜਿਹੜਾ ਕੁਦਰਤੀ ਤੌਰ ਤੇ ਮਜ਼ਾ ਆਉਣਾ ਚਾਹੀਦਾ ਉਹ ਮਜ਼ਾ ਨਹੀਂ ਆ ਰਿਹਾ ਦੂਜਾ ਪਾਸਾ ਜਿਹੜੇ ਮਿਲਟਸ ਜਾਂ ਇਸ ਵੈਜੀਟੇਰੀਅਨ ਫੂਡ ਨੂੰ ਅੱਜਕੱਲ ਪ੍ਰਮੋਟ ਕੀਤਾ ਜਾ ਰਿਹਾ ਖਾਸ ਕਰਕੇ ਉਹ ਮਿਲਟਸ ਦੀ ਗੱਲ ਕਰੀਏ ਕਹਿੰਦੇ ਕਿ ਉਹ ਬੜਾ ਲਾਹੇਵੰਦ ਐ ਦੇਖੋ ਮਿਲ ਕਿ ਫਾਈਬਰ ਜਿਹੜਾ ਡੀਟੌਕਸੀਫਾਈ ਕਰਦਾ ਜਿਹੜਾ ਵੈਜ ਦੇ ਵਿੱਚ ਜਿਹੜਾ ਮੇਨ ਹੈ ਨਾ ਉਹ ਚ ਫਾਈਬਰ ਕੰਟੈਂਟ ਜ਼ਿਆਦਾ ਹੈ ਫਾਈਬਰ ਕੰਟੈਂਟ ਕੀ ਕਰੇਗਾ ਤੁਹਾਡੀ ਇੰਟਸਟਾਈਨ ਦੀ ਕਲੀਨਿੰਗ ਜ਼ਿਆਦਾ ਕਰੇਗਾ ਕਲੀਨਿੰਗ ਜ਼ਿਆਦਾ ਕਰਦਿਆਂ ਹੋયા ਉਹ ਕੱਲਾ ਜੇ ਤੁਸੀਂ ਮਿਲਟਸ ਡਾਈਟ ਤੇ ਰਹੇ ਨੇ ਹੋ ਤਾਂ ਇਹ ਤੁਸੀਂ ਜਿੰਨੇ ਮਿਲਟਸ ਡਾਈਟ ਤੇ ਉੱਤੇ ਬੰਦੇ ਹੈਗੇ ਆ ਪੂਰੇ ਇੰਡੀਆ ਦੇ ਵਿੱਚ ਉਹਨਾਂ ਦੇ ਇੱਕ ਸਟੱਡੀ ਕਰਿਓ ਉਹਨਾਂ ਨੂੰ ਕਰ ਕਰ ਜਾ ਕੇ ਪੁੱਛੋ ਉਹ ਚ ਮੈਜੋਰਟੀ ਆਫ ਕਹਣਗੇ ਕਿ ਹਾਂ 2 ਸਾਲ ਅਸੀਂ ਮਿਲਟਸ ਖਾਣ ਤੋਂ ਬਾਅਦ ਸਾਡੇ ਅੰਦਰ ਸਰੀਰਕ ਕਮਜ਼ੋਰੀਆਂ ਜ਼ਰੂਰ ਆਂਦੀਆਂ। ਹੂੰ ਹੂੰ। ਸਾਡੇ ਤੋਂ ਚੱਲਣ ਵਿੱਚ ਕਮਜ਼ੋਰੀ ਆਉਂਦੀ ਹੈ, ਉੱਠਿਆ ਨਹੀਂ ਜਾਂਦਾ, ਗੋਡੇ ਦੁਖਦੇ ਆ, ਮੋਢੇ ਦੁਖਦੇ ਆ, ਵੀਕਨੈਸੇਜ਼ ਆ ਰਹੀਆਂ। ਇਹ ਚੀਜ਼ਾਂ ਆਣ ਗਿਆ ਇਹਦੇ ਵਿੱਚ। ਕਿਉਂਕਿ ਇਹ ਮਨੁੱਖ ਜਿਹੜਾ ਹੈ, ਮਨੁੱਖ ਦਾ ਜਿਹੜਾ origin ਜਿਹੜਾ ਹੈਗਾ ਉਹ ਬੰਦਰ ਹੈ, ਬੰਦਰ ਵੀ ਮੀਟ ਖਾਂਦਾ ਹੈ। ਬੰਦਰ ਵੀ ਨਾਨ-ਵੈਜੀਟੇਰੀਨ ਹੈ। ਆਪਾਂ ਇਹੀ ਕਹਾਂਗੇ ਉਸਨੂੰ। ਵੀ ਸਾਡਾ ਤਾਂ origin ਤਾਂ ਬੰਦਰ ਹੈ। ਤੇ ਬੰਦਰ ਵੀ ਤਾਂ ਨਾਨ-ਵੈਜ ਖਾਂਦਾ ਹੈਗਾ। ਦੁਕਾਈ ਲੋਕ ਕਹਿੰਦੇ ਸਾਡੇ ਦੰਦ ਦਾ ਸਾਡੇ ਵੀ ਦੰਦ ਉਹੀ ਆ। ਹੂੰ ਹੂੰ। ਰਾਈ ਫਿਰ ਕਹਿੰਦੇ ਲੱਗਦਾ ਸੀ ਪਹਿਲਾਂ ਕੁੱਤੇ ਵਾਂਗ ਲੱਗਦਾ ਸੀ ਇੱਕ ਨਵੀਂ ਧਾਰਨ ਦੇ ਤਿੰਦੀ ਆ ਉਹ ਥੋੜੇ ਪ੍ਰਾਣੀ ਆਦੀਵਾਸੀ ਵਾਲਿਆਂ ਦੇਖ ਲੈਣ ਆਪਣੀ ਵੀਡੀਓ ਦੇਖ ਲੈਣ ਉਹ ਉਹਨਾਂ ਪਾਣੀ ਪੀਣ ਦਾ ਸਟਾਈਲ ਲੱਗਦਾ ਹੀ ਸੀਗੇ ਉਹ ਓਕ ਲਾ ਕੇ ਪਾਣੀ ਨਹੀਂ ਪੀਂਦੇ ਸੀ ਉਹ ਜਦੋਂ ਸੁਵਿਧਾ ਆ ਗਈ ਹੁਣ ਆ ਨਾਲ ਸਮਝ ਕੇ ਕੀ ਕਰਨੀ ਓਕ ਤਾਂ ਸਾਡੇ ਲਾਉਂਦੇ ਹੀ ਨਹੀਂ ਸੀਗੇ ਓਕ ਲਾ ਕੇ ਪਾਣੀ ਸਾਡੇ ਬੱਚੇ ਤਾਂ ਇਹੀ ਕਹਿਣਗੇ ਓਕ ਕੀ ਹੁੰਦਾ ਓਕ ਲਾ ਕੇ ਪਾਣੀ ਪੀਣਾ ਥੋੜੀ ਹੁੰਦਾ ਇਹ ਤਾਂ ਗਲਾਸ ਚ ਪਾ ਕੇ ਆਉਂਦਾ ਸਟਰਾ ਨਾਲ ਪੀਤਾ ਜਾਂਦਾ ਜਾਣ ਵਾਲੇ ਸਮਝ ਕੇ ਕਹਿਣਗੇ ਪੀਜਾ ਤਾਂ ਸਾਡੇ ਐਨਸੈਸਟਰ ਖਾਂਦੇ ਰਹੇ ਆ ਆਣਾ 버거 ਤਾਂ ਸਾਡੇ ਐਂਸਿਸਟਰ ਖਾਂਦੇ ਰਹੇ ਆ ਸਾਡੇ ਪੀੜੀਆਂ ਖਾਂਦੀਆਂ ਰਹੀਆਂ ਤੇ ਇਹ ਜਿਹੜੀਆਂ ਸਮਾਜ ਦੇ ਵਿੱਚ ਕੁਰੀਤੀਆਂ ਸਮੇਂ ਔਰ ਨਾਨ ਵੈਜ ਡਾਈਟ ਦਾ ਇਤਿਹਾਸ ਜਿਹੜਾ ਹੈਗਾ ਉਹ 250 ਸਾਲ ਤੋਂ ਜ਼ਿਆਦਾ ਨਹੀਂ ਹੈਗਾ ਵੈਜੀਟੇਰੀਨ ਡਾਈਟ ਦਾ ਪਹਿਲਾਂ ਨਾਨ ਵੈਜੀਟੇਰੀ ਨਹੀਂ ਸੀ ਡਾਈਟ ਸਾਡੀ اچھا ਨਾਨ ਵੈਜ ਖਾਣਾ ਕਿਵੇਂ ਚਾਹੀਦਾ ਫਿਰ ਇੱਕ ਗੱਲ ਇਹ ਵੀ ਦੱਸਿਓ ਨਾਨ ਵੈਜ ਜਿਹੜਾ ਹੈਗਾ ਉਹ ਇੰਡੀਆ ਦੇ ਵਿੱਚ ਫੋਰਚੂਨੇਟਲੀ ਗੱਲ ਇਹ ਹੈਗੀ ਕਿ ਰੈੱਡ ਮੀਟ ਸਭ ਤੋਂ ਵਧੀਆ ਇਹ ਆਰਗੈਨਿਕ ਹਜੇ ਤੱਕ ਹਜੇ ਤੱਕ ਸਾਨੂੰ ਜੜਾਂ ਦੇ ਬੱਕਰੀਆਂ ਇੰਜਨਾਲੀਆਂ ਪੇਡਾਂ ਉਹ ਮਿਲ ਰਹੀਆਂ ਨੇ राइट ਇਹਨੂੰ ਬੈਸਟ ਹੈਗਾ ਕਿ ਇਹਨੂੰ ਇੱਕ ਤਾਂ ਨੂੰ ਕੁੱਕ ਨਾ ਕੁੱਕ ਕਰਨ ਦਾ ਜਿਹੜਾ ਥੋੜਾ ਤਰੀਕਾ ਹੈਗਾ ਉਹ ਇਹਨੂੰ ਆਪਾਂ ਭੁੰਨਿਆ ਹਾ ਮੀਟ ਜਿਆਦਾ ਵਧੀਆ ਮੰਨਦੇ ਆ ਭੁੰਨਿਆ ਹੋਇਆ ਮੀਟ ਵਧੀਆ ਨਹੀਂ ਹੁੰਦਾ ਉਹਨੂੰ ਉਬਾਲ ਕੇ ਉਹੀ ਖਾਣਾ ਚਾਹੀਦਾ ਜਿਵੇਂ ਦੇਸੀ ਚਿਕਨ ਜੁਗਾ ਹੁੰਦੀ ਔਰ ਉਸ ਤੋਂ ਵੀ ਵਧੀਆ ਜੇ ਕਿਸੇ ਦੀ ਡਾਈਜੈਸਟਿਵ ਸਿਸਟਮ ਬਹੁਤ ਵੀਕ ਹੈ ਤਾਂ ਉਹ ਕਾਰਨ ਕਿ 8 ਲੀਟਰ ਪਾਣੀ 1 ਕਿਲੋ ਮੀਟ ਦਾ ਸਟਾਕ 8 ਬਾਈ 1 ਦੀ ਇੱਕ ਰੇਸ਼ੋ ਰੱਖਣੀ ਹੈ ਜਦੋਂ ਦੁਆਰਾ 1 ਕਿਲੋ ਰਹਿ ਜੇ ਉਹ ਕੱਢ ਕੇ ਉਹਨੂੰ ਸਟਾਕ ਨੂੰ ਬਾਹਰ ਕੱਢ ਲਓ ਉਬਲੀ ਜਾਣਾ ਹੌਲੀ ਹੌਲੀੜੀ ਕਰਕੇ ਉਬਲੀ ਜਾਓ ਉਸ ਨੂੰ ਕੱਢ ਕੇ ਆਪਦੇ ਕਿਸੇ ਫ੍ਰਿਜ ਚ ਰੱਖ ਲਓ ਕੱਚ ਦੇ ਜਾਰ ਚ ਪਾ ਗਏ ਔਰ ਜਦੋਂ ਲੋੜ ਹੈ ਉਹ ਕੜਗੜ ਕੇ ਉਹਨੂੰ ਪੀ ਜਾਓ ਔਰ ਇੱਕ ਗੱਲ ਬੜੀ ਬੜੀ ਇੰਟਰਸਟਿੰਗ ਹੈ ਕਿ ਲੋਕਾਂ ਨੇ ਇੱਕ ਐਵੇਂ ਮਿੱਥ ਬਣਾ ਰੱਖਿਆ ਕਿ ਨਾਨ ਵੇਜ ਬਹੁਤ ਔਖਾ ਪਚਦਾ ਇਹ ਪਚਾਉਣਾ ਬਹੁਤ ਔਖਾ ਹੈ ਉਹ ਜਿਹੜੇ ਖਾਂ ਅਸਲ ਚ ਉਹ ਉਹ ਕਹਿੰਦੇ ਆ ਜਿਨ੍ਹਾਂ ਨੇ ਖਾਦਾ ਨਹੀਂ ਤੁਸੀਂ ਨਾਨ ਵੇਜ ਖਾਦਾ ਤੁਸੀਂ ਆਪਾਂ ਨਾਨ ਵੇਜ ਹੁਣ ਖਾ ਲੈਨੇ 2 ਘੰਟੇ ਬਾਅਦ ਭੁੱਖ ਲੱਗ ਜੂਗੀ ਤੇ ਜੇ ਬਾਈ ਨੇ ਹੁਣ ਮੰਨ ਲਾ ਚਾਰ ਪਰੌਂਟੇ ਖਾਦੇ ਆ ਤਾਂ ਸ਼ਾਮ ਤੱਕ ਹੱਲਨ ਦੀ ਲੋੜ ਨਹੀਂ ਪੈਂਦੀ ਇਹ ਕਾਰਨ ਕੀ ਹੈਗਾ ਮਤਲਬ ਉਹ ਡਾਈਜੈਸਟ ਬਹੁਤ ਔਖਾ ਹੋ ਰਿਹਾ ਆਪਾਂ ਤਾਂ ਕਹਿੰਦੇ ਨੇ ਵੀ ਰੋਟੀ ਇੰਨਾ ਬਿਨਾਂ ਗੱਲ ਨਹੀਂ ਬਣਦੀ ਆ ਰੋਟੀ ਨਾਲ ਢਿੱਡ ਭਰਦਾ ਮਤਲਬ ਡਿਪੈਂਡ ਤੁਸੀਂ ਕਰਨਾ ਤੁਸੀਂ ਲੋਡ ਕਿਤੇ ਦੇਣਾ ਚਾਹੁੰਦੇ ਆ ਇੱਕ ਇੱਕ ਵਰਗੇ ਰੱਖਣ ਦਾ ਫਿੱਟ ਰਹਿਣਾ ਹਾਂ ਫਿੱਟ ਰਹਿਣਾ ਇੱਕ ਉਹ ਅੰਦਰ ਥੋੜਾ ਗਿਆ ਸਿੱਧਾ ਅਬਜ਼ੌਰਬ ਹੋ ਗਿਆ ਉਸ ਤੋਂ ਬਾਅਦ ਥੋੜਾ ਨਵਾਂ ਫੂਡ ਲਈ ਤਿਆਰ ਥੈਟਸ ਵਾਈ ਸਕੰਦਰ ਵੀ ਤਾਂ ਹੀ ਵਿਜੇਤਾ ਰਿਹਾ ਹੋਗਾ ਠੀਕ ਹੈ ਉਹਦੀ ਸੈਨਾ ਤਾਂ ਹੀ ਵਿਜੇਤਾ ਰਹੀ ਹੋਗੀ ਠੀਕ ਹੈ ਉਹ ਵੈਜੀਟੇਰੀਅਨ ਜਿਹੜਾ ਹੈਗਾ ਉਹ ਜੰਗ ਨਹੀਂ ਲੜ ਸਕਦਾ